ਗੁਰੂਦੇਵ ਤਪ ਸਥਾਨ ਤੇ ਜਾ ਰਹੇ ਹਾਂ। ਸਭ ਨੂੰ ਪ੍ਰਯਾਸ ਕਰਨਾ ਚਾਹੀਦਾ, ਹਿੰਮਤ ਨਹੀਂ ਕਰਨੀ, ਆਪਾਂ ਚੜ੍ਹਦੇ ਜਾਣਾ, ਸਿਮਰਨ ਕਰਦੇ ਜਾਓ, ਚੜ੍ਹਦੇ ਜਾਓ। ਪਾਕਿਸਤਾਨ ਖਾਨ ਸਾਹਿਬ ਕਿਹੜੀ ਜਗ੍ਹਾ ਤੋਂ ਪ੍ਰੋਪਰ? ਗੁਰਦੁਆਰਾ ਪੰਜਾ ਸਾਹਿਬ। ਗੁਰਦੁਆਰਾ ਪੰਜਾ ਸਾਹਿਬ ਕਿਹੜਾ ਜ਼ਿਲ੍ਹਾ ਜੀ? ਜ਼ਿਲ੍ਹਾ ਅਟਕ। ਹਾਂਜੀ, ਜ਼ਿਲ੍ਹਾ ਅਟਕ। ਜ਼ਿਲ੍ਹਾ ਅਟਕ, ਠੀਕ ਹੈ ਜੀ। ਹਾਂਜੀ, ਬਹੁਤ ਬੁਰਾ ਹਾਲ ਹੈ ਜੀ ਪੈਰਾਂ ਦਾ। ਅੱਛਾ ਜੀ, ਹੁਣੇ ਇਲਾਜ ਪੁਰਜੇ ਠੀਕ ਕਰ ਰਹੇ ਨੇ? ਹਾਂਜੀ, ਹੋਰ ਇਲਾਜ ਚੱਲ ਰਿਹਾ ਜੀ। ਹੋਰ ਥੋੜ੍ਹੀ ਠੀਕ ਠੀਕ ਜੀ ਲੈ ਲਓ, ਮੋਟੀ ਮੋਟੀ ਹੈਗੀ। ਯਾਤਰਾ ਲਈ ਲਾਠੀ ਅਤੇ ਰੇਨਕੋਟ ਲੈਣ ਲੱਗੇ ਜੀ। ਬਿਨਾ ਨੋਕ ਤੋਂ ਲੈ ਲਓ, ਨੋਕ ਦੀ ਲੋੜ ਨਹੀਂ। ਆ ਵੀ ਠੀਕ ਹੈ, ਜਿੱਦਾਂ ਦੇਖ ਲਓ ਆ ਦੇ ਦੇਣ। ਆ ਦੇਖਿਓ ਮੰਮੀ, ਆ ਥੋੜ੍ਹੀ ਸਹੀ ਲੱਗਦੀ ਹੈ, ਠੀਕ ਹੈ। ਯਾਤਰਾ ਸ਼ੁਰੂ ਕਰਨ ਤੋਂ ਪਹਿਲੇ ਤੁਸੀਂ ਲਾਠੀਆਂ, ਰੇਨਕੋਟ ਅਤੇ ਜੇ ਤੁਸੀਂ ਪੱਗ ਬੰਨਦੇ ਹੋ ਅਤੇ ਉੱਪਰ ਪੱਗ ਵਾਲੀ ਕੈਪ ਉਹ ਜ਼ਰੂਰ ਲੈ ਲਓ। ਸੋ ਹੁਣ ਯਾਤਰਾ ਦੀ ਸ਼ੁਰੂਆਤ ਕਰਨ ਲੱਗੇ ਜੀ, ਮੱਥਾ ਆਪਾਂ ਟੇਕ ਲਿਆ। ਇੱਥੋਂ ਸਟਾਰਟਿੰਗ ਦੇ ਵਿੱਚ ਸਾਨੂੰ ਗੋਬਿੰਦਗੜ੍ਹ ਤੋਂ ਸਭ ਤੋਂ ਪਹਿਲੇ 4 ਕਿਲੋਮੀਟਰ ਲਈ ਉਹ ਸਾਹਮਣੇ ਟੈਕਸੀ ਜਾ ਰਹੀ ਹੈ, 50 ਰੁਪਏ ਪਰ ਪਰਸਨ ਹੈ। ਟੈਕਸੀ ਮਿਲ ਜਾਏਗੀ ਅਤੇ 4 ਕਿਲੋਮੀਟਰ ਸਾਨੂੰ ਉਹ ਰਸਤਾ ਕਵਰ ਕਰਾ ਦੇਗੀ। ਪਹਿਲੇ ਨਹੀਂ ਸੀ ਜਾਂਦੀਆਂ ਹੁੰਦੀਆਂ ਟੈਕਸੀਆਂ, ਹੁਣ ਜਾਂਦੀਆਂ ਨੇ। ਆ ਗਿਆ ਜੀ ਪੁੱਲ, ਇੱਥੋਂ ਆਪਣੀ ਯਾਤਰਾ ਹੁੰਦੀ ਸ਼ੁਰੂ ਅਤੇ ਇੱਥੋਂ ਟੈਕਸੀ ਮਿਲ ਜਾਏਗੀ ਸਾਨੂੰ ਅਤੇ ਟੈਕਸੀ ਲੈ ਕੇ ਆਪਾਂ 4 ਕਿਲੋਮੀਟਰ ਦੀ ਚੜ੍ਹਾਈ ਉੱਪਰ ਤੱਕ ਲੈ ਜਾਣਗੇ। 3 ਹੈ 3 ਫੈਮਿਲੀ ਨੂੰ ਮੰਮੀ ਦਿਖਾ ਰਹੇ ਨੇ, ਬਾਹਰ ਸੰਗਤਾਂ ਆਪਣੀਆਂ ਬੈਠੀਆਂ ਨੇ, ਦਰਸ਼ਨ ਕਰ ਰਹੀਆਂ ਨੇ ਸ਼੍ਰੀ ਹੇਮਕੁੰਡ ਸਾਹਿਬ ਯਾਤਰਾ ਦੀ। ਆਹ ਦੇਖੋ ਜੀ, ਸੂਮੋ ਚੱਲ ਪਈ ਹੈ ਜੀ ਆਪਣੀ, 10 ਵਾਰੀਆਂ ਪੂਰੀ ਹੋ ਕੇ ਚੱਲਦੀਆਂ ਸੂਮੋ। ਇੱਕ ਹੋਰ ਇਨਫੋਰਮੇਸ਼ਨ ਦੇਣੀ ਸੀ, ਜਿਹੜੀ ਰੇਨਕੋਟ ਤੁਸੀਂ ਲਏ ਨੇ ਉਹ ਰੇਨਕੋਟ ਜੇ ਬਾਈ ਦਾ ਵੇ ਨਾ ਯੂਜ਼ ਹੋਏ ਤਾਂ ਹਾਫ ਰੇਟ ਵਿੱਚ ਰਿਟਰਨ ਹੋ ਜਾਂਦਾ, ਉੱਥੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਸ਼ੋਪ ਹੈਗੀ ਹੈ, ਉਹ ਵਾਪਸ ਲੈ ਲੈਂਦਾ। ਸ਼੍ਰੀ ਹੇਮਕੁੰਡ ਸਾਹਿਬ 15 ਕਿਲੋਮੀਟਰ, ਫੁੱਲਾਂ ਕੀ ਘਾਟੀ 12, ਨੰਗਰੀਆ 10। ਸੂਮੋ ਨੇ ਸਾਨੂੰ ਪੁੱਲਾਂ ਤੱਕ ਛੱਡਿਆ, ਪੁੱਲਾਂ ਲਗਭਗ 4 ਕਿਲੋਮੀਟਰ ਹੈ। ਹੁਣ ਅਸੀਂ ਗੰਗਰੀਆ ਤੱਕ 10 ਕਿਲੋਮੀਟਰ ਦਾ ਟਰੈਕ ਹੈ ਜਿਹੜਾ ਉਹ ਸਾਡਾ ਪੈਦਲ ਹੀ ਹੈ। ਆਹ ਦੇਖੋ ਤੁਸੀਂ ਨਜ਼ਾਰੇ, ਝਰਨੇ ਗਿਰਦੇ ਪਏ ਨੇ, ਨਾਲ ਨਾਲ ਨਦੀ ਚੱਲ ਰਹੀ ਹੈ, ਬਹੁਤ ਪਲੈਜ਼ੈਂਟ ਇਹਦੀ ਸਾਊਂਡ ਆ ਰਹੀ, ਆਵਾਜ਼ ਆ ਰਹੀ ਬਹੁਤ ਸੋਹਣੀ, ਅਤੇ ਸੰਗਤ ਜਾ ਰਹੀ ਨਾਲ। ਹਾਂਜੀ, 1.5 ਕਿਲੋਮੀਟਰ ਚੜ੍ਹਾਈ ਚੜ੍ਹ ਕੇ ਕੈਸਾ ਲੱਗ ਰਿਹਾ? ਬਹੁਤ ਵਧੀਆ ਲੱਗ ਰਿਹਾ। ਕੈਸੀ ਹੈ ਚੜ੍ਹਾਈ, ਰਸਤਾ ਕੈਸਾ? ਬਹੁਤ ਵਧੀਆ, ਬਹੁਤ ਮਾਲਕ ਦੀ ਕਿਰਪਾ ਨੇ ਲਈ ਜਾਣਾ, ਲੈ ਕੇ ਆਇਆ ਲੈ ਕੇ ਜਾਏਗਾ, ਅਸੀਂ ਕਰਮ ਕੀਤਾ ਬਾਕੀ ਫਲ ਉਹਨੇ ਦੇਣਾ, ਕਰਮ ਲੈ ਕੇ ਜਾਏਗਾ। ਥੋੜ੍ਹੀ ਜਿਹੀ ਬਰਸਾਤ ਸ਼ੁਰੂ ਹੋ ਗਈ, ਬੂੰਦਾਬਾਂਦੀ ਸ਼ੁਰੂ ਹੋ ਗਈ ਹੈ, 1.5 ਕਿਲੋਮੀਟਰ ਦੇ ਕਰੀਬ ਆਪਾਂ ਕਵਰ ਕਰ ਲਿਆ, ਹੁਣ ਪਹੁੰਚ ਪਾਵਾਂਗੇ, ਰੇਨਕੋਟ ਪਾ ਕੇ ਚੱਲਾਂਗੇ ਤਾਂ ਕਿ
अभी तो एक भी पूरा नहीं हुआ। पीछे से गाड़ी कितनी किलोमीटर है? गाड़ी आई आपकी 4:30 वो पहले के हिसाब से, जो आपका रास्ता वाला ना वो रोड वाला उसके हिसाब से पहुँच आ गया। अच्छा 5 किलोमीटर गाड़ी से आ गए हैं। ठीक है चलो आ जाओ भैया, चल चलिए आ जा, इन्हें बिस्कुट खवाया तो पिछे पिछे आंदा पे। ना ना चढ़ाई नहीं है जी, उतराई है सारी। बहुत क्लियर वेदर है, बहुत अल्टीमेट। चलो ही चलो बेटा ही चलो, चल 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 बता जा। फिलहाल आज असी 10 किलोमीटर ही चढ़ना, देखो हौली हौली चढ़ते पे आप, कितना टाइम लगता है आपां। हाँ जी बस हौली हौली चलते चलो, कोई नहीं कितने देखो हूँ आगे वो आ गई ढलान आ गई। हाँ जी एक बार वेरवा दे दो जी, तुसी भी वेरवा दे दो एक बार हौली हौली, सड़क का ध्यान रखते हुए नीचे गोविंद घाट थोड़ा उच्चा बोल के जी। असि गोविंद घाट तो 8 बजे तो 10 मिनट पहले चले हाँ, करीब 1.5 किलोमीटर सफ़र तय कर लिया। पहले नालों रास्ता काफ़ी इंप्रूव कर दिता, अच्छे पत्थर जड़े आ फिक्स करके लगाए हुए ने, किते किते चढ़ाई है किते उतराई है, बड़े प्यार नाल सफ़र हो रहा। उस प्रभु के तप स्थान से जा रहे हैं, सब नूं प्रयास करना चाहिए, हिम्मत नहीं हारनी, आप चढ़ते जाना, सिमरन करते जाओ चढ़ते जाओ। ओ देखो ये लंगूर, नाल नाल नदी की बहुत सोहनी आवाज आती है, बहुत वधिया कुदरत दे नज़ारे। इस प्रकार के ढाबे बने हुए हैं, इन्होंने ढाबों से बह के तुम विश्राम कर सकते हो, चाह पानी कोल्ड ड्रिंक ठंडा कुछ, भुख लगी है तो परौंठा वगैरह तुम्हें मिल जाएगा, मैगी मिल जाएगी। फर्स्ट टी ब्रेक डन, हम चल रहे हैं उत्ते, शिकारी बैठे ने। लगभग 4.25 किलोमीटर का रास्ता आप तय कर लिया, तो इतों 6 किलोमीटर रह गया सारा। आप पीछे हैलीकॉप्टर जा रहे हैं जे नज़र आ जाए, कोशिश करा मैं दिखाने की, बहुत शायद नहीं दिख पाया, अगे दिखावांगा वीडियो के बिच। आ देखो जी फ्रूट ले लैके खाया जा रहा रस्ते तो। हाँ जी शक्ति ले रहे हो? हाँ जी। की कुछ है फ्रूट च? पपीता सेब ते केला। ठीक है जी, एनर्जी मिल जानी नाल। हाँ जी थोड़ा थोड़ा खाई चलो, बस थोड़ा थोड़ा चढ़ी चलो, छोटे छोटे कदम लैके। कितनी उम्र दी माता चढ़ पिछे मिली तुहानू? ਬਹਾਦਰ
ਇੱਥੇ ਪਹੁੰਚ ਗਏ ਸੀ ਅਸੀਂ ਪਤਾ ਨਹੀਂ 2 ਕਿਲੋਮੀਟਰ ਲਿਖਿਆ ਇੱਥੇ ਵਿੱਚ ਵਿੱਚ ਜਗ੍ਹਾ ਜਗ੍ਹਾ ਸ਼ੈੱਡ ਬਣੇ ਹੋਏ ਨੇ ਤਾਂ ਕਿ ਤੁਸੀਂ ਬਹਿ ਕੇ ਇੱਥੇ ਆਰਾਮ ਕਰ ਸਕੋ ਜ਼ਿਆਦਾ ਔਖੀ ਚੜ੍ਹਾਈ ਨਹੀਂ ਹੈਗੀ ਬਸ ਇੱਦਾਂ ਵੀ ਤੁਸੀਂ ਹੌਲੀ ਹੌਲੀ ਚੜ੍ਹਦੇ ਰਹੋ ਚੜ੍ਹਦੇ ਚੜ੍ਹਦੇ ਪਸੀਨਾ ਜ਼ਰੂਰ ਆਉਂਦਾ ਵਿੱਚ ਵਿੱਚ ਫਰੂਟ ਖਾਂਦੇ ਰਹੋ ਚਨੇ ਵੀ ਮਿਲਦੇ ਨੇ ਪਾਣੀ ਚਾਹ ਕੋਲਡ ਡਰਿੰਕ ਜੋ ਵੀ ਤੁਹਾਨੂੰ ਕੁਛ ਖਾਣਾ ਤੁਸੀਂ ਮੈਗੀ ਵਗੈਰਾ ਲੈ ਸਕਦੇ ਹੋ ਸਾਰਾ ਕੁਛ ਇੱਥੇ ਅਵੇਲੇਬਲ ਆ ਆਹ ਬੈਗ ਦੇ ਵਿੱਚ ਅਸੀਂ ਸਮਾਨ ਲੈ ਕੇ ਜਾ ਰਹੇ ਹਾਂ ਉੱਪਰ ਇਸ਼ਨਾਨ ਕੋਸ਼ਿਸ਼ ਤਾਂ ਹੈ ਵੀ ਇਸ਼ਨਾਨ ਕਰਾਂਗੇ ਸਰੋਵਰ ਸਾਹਿਬ ਦੇ ਵਿੱਚ ਅਤੇ ਨਾਲ ਦੇ ਨਾਲ ਥੋੜ੍ਹੇ ਗਰਮ ਕੱਪੜੇ ਨੇ ਜਿੱਦਾਂ ਇਨਰ ਇੱਕ ਜੈਕਟ ਹੈਗੀ ਆ ਤਾਂ ਕਿ ਅੱਗੇ ਆਪਾਂ ਨੂੰ ਦਿੱਕਤ ਨਾ ਆਵੇ ਬਿਕੋਜ਼ ਉੱਪਰ ਹਾਈਟ 'ਤੇ ਕਾਫੀ ਜ਼ਿਆਦਾ ਠੰਡ ਵੀ ਹੋਏਗੀ ਕਿਉਂਕਿ ਪਾਕਿਸਤਾਨ ਖਾਨ ਸਾਹਿਬ ਕਿਹੜੀ ਜਗ੍ਹਾ ਤੋਂ ਪ੍ਰੋਪਰ ਗੁਰਦੁਆਰਾ ਪੰਜਾ ਸਾਹਿਬ ਅੱਛਾ ਗੁਰਦੁਆਰਾ ਪੰਜਾ ਸਾਹਿਬ ਕਿਹੜਾ ਜ਼ਿਲ੍ਹਾ ਜੀ ਜ਼ਿਲ੍ਹਾ ਅਟਕ ਹਾਂਜੀ ਜ਼ਿਲ੍ਹਾ ਅਟਕ ਜ਼ਿਲ੍ਹਾ ਅਟਕ ਠੀਕ ਹੈ ਜੀ ਉਹਦਾ ਪਹਿਲੀ ਵਾਰ ਆਏ ਜੀ ਜਾਂ ਮਤਲਬ ਆਉਂਦੇ ਰਹਿੰਦੇ ਹਿੰਦੁਸਤਾਨ ਸਾਹਿਬ ਪਹਿਲੀ ਵਾਰ ਆਏ ਠੀਕ ਹੈ ਪਾਕਿਸਤਾਨ ਤੋਂ ਸੰਗਤ ਆਈ ਹੈ ਜੀ ਹਾਂਜੀ ਹਾਂਜੀ ਕਿੰਨਾ ਜੱਥਾ ਹੈ ਜੀ ਆਪਣਾ 48 ਬੰਦੇ ਠੀਕ ਹੈ ਜੀ 48 ਬੰਦਿਆਂ ਦਾ ਜੱਥਾ ਆਇਆ ਆਹ ਦੇਖੋ ਇੱਦਾਂ ਜਾਂਦੇ ਨੇ ਖੱਚਰ ਬਹੁਤ ਧਿਆਨ ਰੱਖਣਾ ਪੈਂਦਾ ਇਹਨਾਂ ਦਾ ਲਗਭਗ ਅਸੀਂ ਅੱਧਾ ਰਸਤਾ ਕਵਰ ਕਰ ਲਿਆ ਅੱਧੇ ਤੋਂ ਜ਼ਿਆਦਾ ਹੁਣ ਇੱਥੋਂ ਸਿਰਫ 4 ਕਿਲੋਮੀਟਰ ਰਹਿ ਗਿਆ ਕਿੰਦਰੀਆ ਦਾ ਰਸਤਾ ਉਹ ਵਿੱਚ ਛੋਟਾ ਪੁੱਲ ਆ ਗਿਆ ਨੇੜੇ ਜਾ ਕੇ ਦਿਖਾਉਂਦੇ ਹਾਂ ਚਲੋ ਜੀ ਚਲੋ ਆਹ ਸਿੱਧਾ ਕਰ ਲਓ ਜੀ ਇੱਥੇ ਅੱਧ ਰਸਤੇ ਪੁੱਲ ਤੋਂ ਬਾਅਦ ਇੱਥੇ ਪ੍ਰੋਪਰ ਮਾਰਕੀਟ ਬਣੀ ਹੋਈ ਹੈ ਅਤੇ ਚਾਹ ਪਾਣੀ ਸਾਰਾ ਕੁਛ ਇੱਥੇ ਰਿਫਰੈਸ਼ਮੈਂਟ ਲੈ ਸਕਦੇ ਬਾਕੀ ਨੈਟਵਰਕ ਇੱਥੇ ਸਿਰਫ ਜੀਓ ਦਾ ਚੱਲਦਾ ਨਾ ਕੋਈ ਟੈਕਸਟ ਮੈਸੇਜ ਬਾਕੀ ਕਿਸੇ ਵੀ ਕੰਪਨੀ ਦਾ ਕੋਈ ਨੈਟਵਰਕ ਕਿਸੇ ਵੀ ਪ੍ਰਕਾਰ ਦਾ ਨਹੀਂ ਹੈ ਰੋਜ਼ ਚੜ੍ਹਾਈ ਚੜ੍ਹੇ ਫਿਰ ਬੁੱਢਾ ਨਹੀਂ ਹੈਗਾ ਹੱਟ ਸਹੀ ਰਹਿੰਦਾ ਮੈਂ ਕਹਿੰਦਾ ਜੀ ਇੱਥੇ ਲੱਤਾਂ ਦੀ ਆਸ਼ਤ ਅੱਛੀ ਹੋ ਗਈ ਆ ਤੜਕਣ ਤਾਂ ਪੂਰੀ ਹੈ ਜੀ ਬਸ ਗੱਲ ਤਾਂ ਸਹੀ ਆ ਬਹੁਤ ਵਧੀਆ ਜੀ ਬਹੁਤ ਸੋਹਣਾ ਨਜ਼ਾਰਾ ਵੈਦਰ ਇੰਨਾ ਕੁ ਸਾਫ਼ ਹੈ ਨਾ ਠੰਡ ਹੈ ਨਾ ਗਰਮੀ ਹੈ ਬਿਲਕੁਲ ਲੈਵਲ ਹੈ ਕੱਲ੍ਹ ਕਿ ਸੰਗਤ ਦੱਸ ਰਹੀ ਹੈ ਵੀ ਜਿਹੜੀ ਵਾਪਸ ਆ ਰਹੀ ਹੈ ਵੀ ਉੱਪਰ ਬਰਸਾਤ ਹੋਈ ਹੈ ਵੈਸੇ ਬਰਸਾਤ ਵਗੈਰਾ ਥੋੜ੍ਹੀ ਬਹੁਤ ਡ੍ਰਿਜ਼ਲਿੰਗ ਮਤਲਬ ਬੂੰਦਾਬਾਂਦੀ ਹੋਈ ਸੀਗੀ ਸਵੇਰ ਦੇ ਟਾਈਮ ਜਦ ਅਸੀਂ ਸਟਾਰਟ ਕੀਤੀ ਹੈ 8 ਵਜੇ ਦੇ ਅਰਾਊਂਡ ਅਤੇ ਹੁਣ ਫਿਲਹਾਲ ਬਿਲਕੁਲ ਸਾਫ਼ ਹੈ ਹਰ 15 ਮਿੰਟ ਦੇ ਵਿੱਚ ਹੈਲੀਕਾਪਟਰ ਅਪ ਡਾਊਨ ਕਰ ਰਿਹਾ ਇੱਥੋਂ ਦੱਸਦੇ ਹਾਂ ਵੀ 3 ਮਿੰਟ ਦੇ ਵਿੱਚ ਸਿਰਫ 3 ਮਿੰਟ ਦੇ ਵਿੱਚ
एक साइड का चक्कर ला दिंदा नीचों उपर उपरों नीचे 6 मिनट 3+3। बाकी हुण लगभग चढ़ाई थोड़ी जी खड़ी है, देखते हैं हौली हौली चढ़ांगे जम्मे। इस समय टाइम हो गया 1:30 बज गया तो ऑलमोस्ट असी 3 बजे तक बाकी दी चढ़ाई जिहड़ी 4 किलोमीटर की कवर कर लांगे। बहुत आंदे जाओ जी, चलते जाओ जी, चलते जाओ। आ लिफाफे दे विच रेनकोट बन्ने ने असीं अपने अपने, जे किते मीह मीह कनी बारिश दोबारा आएगी तो पा लांगे। पहाड़ दे उत्ते शायद आली मक्खियां दे छत्ते लगे ने वड्डे वड्डे, ये आगे किन्ने सारे लगे ने। बस इन्हां तक पहुँच बहुत औखी, इन्हां तक पहुँच स्केल्ड परसन नहीं कर सकता, जां उपरों लटक लुटक के डिस्कवरी तो दिखाते थे। वो देखो कि लहर उठ गई है जी, शायद मैं तुम्हें दिखा सक, ये आ देखो देखो कि लहर उठती है अंदर। 1.5-2 किलोमीटर पिछे थे एक ढाबा है, हम सोचा भी रुक के कुछ खा लिए, तो इतने बेड जहा लगे, मैं क्या माड़ा जहा आराम कर लीजिए। वैसे जितने ढाबा वगैरह देखोगे उत्थे थोड़ा बेड लगे हुआ, 2 मिनट लक सीधा करना, तो लत्त वगैरह हल्किया हो जाए ने। और हम इतने मैगी भी बनवा मैगी बनवा लगे, बस 2 मैगी खावे फिर बाकी अगे जाके आप फ्रैश होके लंगर प्रशादा छकेंगे। लंगर दे प्रशादा दाल होर देखने, बस उस तो बस स्टे करके फिर बाकी दी जिहड़ी साडी चढ़ाई है दरबार साहब की वह कल करांगे। पाकिस्तान केड़ा जिला जी? पेशावर। पेशावर शहर है, कराची दूर है, कराची तो दूर। ठीक है जी, कैसा लग रहा है जी इत्थे आके? बहुत बढ़िया, अपने हिंदुस्तान दी हॉस्पिटैलिटी ठीक है जी, रस्ते कोई दिक्कत तो नहीं आई तुहानू? ਤੁਸੀਂ ਕਿੱਦਾਂ ਆਏ, ਮਤਲਬ ਤੁਹਾਡਾ ਰੂਟ ਕੀ ਸੀਗਾ ਇੱਥੇ ਤੱਕ, ਕਿਵੇਂ ਯਾਤਰਾ ਵਾਸਤੇ ਆਪਣਾ ਰੂਟ ਕੀ ਸੀਗਾ, ਮੜ ਜਾਓ ਦੱਸ ਦਿਓ। ਵਾਗਾ ਬਾਰਡਰ ਤੋਂ। ਵਾਗਾ ਬਾਰਡਰ ਤੋਂ ਫਿਰ ਦਿੱਲੀ ਤੋਂ? ਅੱਛਾ ਦਿੱਲੀ, ਫਿਰ ਉੱਥੋਂ ਇੱਧਰ। ਅੱਛਾ ਜੀ, ਠੀਕ ਹੈ ਜੀ, ਚਲੋ ਵਧੀਆ ਜੀ। ਹੁਣ ਤੱਕ ਸਫ਼ਰ ਆਪਣਾ ਅੱਛਾ ਲੱਗ ਰਿਹਾ? ਕਿੰਨੇ ਦਿਨ ਦਾ ਆਪਣਾ? 25 ਦਿਨ ਦਾ। 25 ਦਿਨ ਦਿੱਲੀ ਅੰਮ੍ਰਿਤਸਰ ਤੇ ਹੈਮਕੋਟ। ਠੀਕ ਹੈ ਜੀ, ਕਿਹੜਾ ਕਿਹੜਾ ਕਵਰ ਹੋ ਗਿਆ ਪਹਿਲੇ? दिल्ली हो गया? नहीं, पहले श्री हेमकुंड साहब। हेमकुंड साहब आए? ठीक है, लेकिन हेमकुंड साहब तो बात दिल्ली जाएंगे, फिर अमृतसर जाएंगे। उल्टा नहीं हो जाएगा पहले इतों? इधर फिर बंद होना था ना ये। हाँ ठीक है जी, ठीक है जी। आ देख लो जी, इस तो ज़्यादा प्योर तो मिनरल वाटर सानू कित्थे मिलेगा। रस्ते विच जगह जगह पर इन्होंने ऐसी ऐसी थावां बनाई हुई ने, और विच विच पानी दे मतलब पाइप फिट किए हुए ने, और पाइप दे थ्रू तुसी बोतल भर सकते हो। बिल्कुल जबरदस्त मिनरल वाटर है, पहाड़ों का पानी ना तुहानू बदहजमी होए ना किसी प्रकार की कोई जिन्हों कहने वाई बै हो। इतों जी लगभग 1.5 किलोमीटर साडा रह गया, जे फूड की गल करिए खाने की गल करिए, असी चलन वेले सवेरे प्रशादा छकिया सीगा, उस तो बाद रस्ते च एक बार चाह ली है, एक बार हूँ मैगी ली है पिछे, तो बाकी थोड़ा बहुत फ्रूट और चने और एक विच फ्रूट चाट जी सी, सो इन्ना ही खाया जाता, सो ज़्यादा नहीं खाया जाता। बाकी बोतल दे ग्लूकोज घोल के रखा सीगा, और ग्लूकोज पी पी के थोड़ी बहुत टॉफीज भी है ताकि मिठे नाल एनर्जी मिलती रहे।
बिल्कुल नेड़े पहुंच चुके हैं। वो अगे संगत जा रही है पाकिस्तान तो जत्था आया, कुछ उन्होंने साथी पिछे ने। बिल्कुल ईजीली चढ़ रहे हैं, थोड़ा बहुत साह जरूर चढ़ता बिकॉज प्रैक्टिस है नहीं सी। तो रुक रुक के आप हौली हौली उपर पहुँच जाना है। ਜ਼ਿਲ੍ਹਾ ਹੈਲੀਪੈਡ 'ਤੇ ਪਹੁੰਚ ਗਏ ਜੀ ਅਸੀਂ। ਉਸ ਪਰਮਾਤਮਾ ਦੀ ਬੜੀ ਕਿਰਪਾ, ਬੜੀ ਮਿਹਰ ਕੀਤੀ ਉਹਨੇ ਸਾਨੂੰ ਪਹੁੰਚਾ ਤਾ। ਬਸ 1 ਕਿਲੋਮੀਟਰ ਰਹਿ ਗਿਆ ਪਲੇਨ ਏਰੀਆ। ਹੁਣ ਆਹ ਸਾਰਾ ਏਰੀਆ ਜੀ, ਇੱਥੇ ਆਹ ਸਾਰਾ ਇੱਦਾਂ ਏਰੀਆ। ਇਹ ਸਾਹਮਣੇ ਹੈਲੀਪੈਡ, ਹੈਲੀਕਾਪਟਰ ਦਾ ਇੱਦਾਂ ਗੋਬਿੰਦ ਘਾਟ ਤੋਂ ਚੱਲਦਾ ਅਤੇ ਸਿੱਧਾ ਇੱਥੇ ਲੈਂਡ ਕਰਦਾ। ਅਤੇ ਬਾਕੀ ਥੋੜ੍ਹੀ ਜਿਹੀ ਚੜ੍ਹਾਈ ਉੱਪਰ ਘਗਰੀਆ ਤੱਕ ਤੁਹਾਨੂੰ ਕਿਲੋਮੀਟਰ ਦੀ ਕਰਨੀ ਪੈਂਦੀ ਹੈ। ਬਾਕੀ ਹੈਲੀਕਾਪਟਰ ਦਾ ਜਿਹੜਾ ਫੇਅਰ ਹੈ, ਰੈਂਟ ਹੈ, ਜਿਹੜੀ ਟਿਕਟ ਹੈ 2975 ਰੁਪਏ, 2975 ਰੁਪੀਸ, ਆਲਮੋਸਟ 3000 ਰੁਪਇਆ। ਉਹ ਦੇਖੋ ਜੀ, ਸਾਰੀ ਬਰਫੀਲੀ ਪਹਾੜੀ ਹੈ। ਫਿਲਹਾਲ ਇਹ ਤੋਂ ਬਰਫ਼ ਜਲਦੀ ਪਿਘਲ ਜਾਂਦੀ ਹੈ। ਬੈਕ ਸਾਈਡ 'ਤੇ ਉਹ ਉੱਥੇ ਪਹਾੜੀਆਂ ਹੈਗੀਆਂ ਜਿਹੜੀਆਂ ਬਰਫ਼ ਨਾਲ ਭਰੀਆਂ ਹੋਈਆਂ, ਉਹ ਫਿਲਹਾਲ ਬੱਦਲ ਕਰਕੇ ਨਜ਼ਰ ਨਹੀਂ ਆ ਰਹੀਆਂ। ਅਤੇ ਇੱਥੇ ਇੱਦਾਂ ਟੈਂਟਸ ਲੱਗੇ ਹੋਏ ਨੇ। ਅਤੇ ਆ ਸਾਰਾ ਸ਼ਾਮ ਨੂੰ 5 ਵਜੇ ਤੱਕ ਆਈ ਥਿੰਕ ਚੱਲਦਾ ਹੈਲੀਕਾਪਟਰ ਸਰਵਿਸ। ਪਹੁੰਚ ਗਏ ਜੀ ਫਿਲਹਾਲ ਫਾਈਨਲੀ ਉੱਪਰ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਬੈਠੀਆਂ ਜੀ, ਫਾਈਨਲੀ ਪਹੁੰਚ ਗਏ ਜੀ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਜੀ, ਗੋਬਿੰਦ ਧਾਮ। ਹੁਣ ਜੀ ਇੱਥੇ ਆਪਾਂ ਰੂਮ ਲੈਣ ਲੱਗੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ। ਆਧਾਰ ਕਾਰਡ ਦੀ ਕਾਪੀ ਜਮ੍ਹਾਂ ਹੁੰਦੀ ਹੈ, ਮਤਲਬ ਆਧਾਰ ਕਾਰਡ ਦੇਖ ਕੇ ਅਸੀਂ ਰੱਖਤਾ ਜੀ। ਥੋੜ੍ਹੇ ਜਿਹੇ ਕੱਪੜੇ ਗਿੱਲੇ ਹੋ ਗਏ ਸੀ ਪਸੀਨੇ ਨਾਲ, ਉਹ ਚੇਂਜ ਕਰ ਲਏ। ਹੁਣ ਦਰਬਾਰ ਸਾਹਿਬ 'ਚ ਮੱਥਾ ਟੇਕ ਲਿਆ। ਜੋੜੇ ਲਾ ਦਿਓ ਇੱਥੇ, ਹੱਥ ਧੋ ਕੇ, ਹਾਂਜੀ, ਫਿਰ ਮੱਥਾ ਟੇਕਦੇ ਹਾਂ ਜੀ ਦਰਬਾਰ 'ਚ। ਆਹ ਲੰਗਰ ਹਾਲ ਹੈ ਜੀ, ਪਹਿਲੇ ਦਰਬਾਰ 'ਚ ਮੱਥਾ ਟੇਕਾਂਗੇ, ਫਿਰ ਚਾਹ ਪਾਣੀ ਲੈਂਦੇ ਹਾਂ। ਲੰਗਰ ਦੇ ਵਿੱਚ ਜੀ ਦਾਲ ਚਾਵਲ ਅਤੇ ਪ੍ਰਸ਼ਾਦਾ ਅਮੀਰ ਜੀ ਦੇ ਰਹੇ ਨੇ। ਅਸੀਂ ਪ੍ਰਸ਼ਾਦਾ ਛੱਕ ਲਿਆ ਜੀ, ਪ੍ਰਣਾਮ ਵੀ ਕਰ ਲਿਆ ਸੀਗਾ। ਹੁਣ ਇਹਦਾ ਐਂਡ, ਕਾਫੀ ਲੰਮਾ ਰਸਤਾ ਆਪਾਂ ਚੱਲ ਕੇ ਆਏ ਹਾਂ, ਥੋੜ੍ਹੀ ਜਿਹੀ ਲੱਤਾਂ ਦੀ ਪਿੱਲੀਆਂ ਦੀ ਮਤਲਬ ਹਾਫ ਇਹਦੀ ਮਾਲਿਸ਼ ਕਰਾਉਣ ਲੱਗੇ, ਮੰਮੀ ਕਰਾ ਰਹੇ ਨੇ ਪਹਿਲੇ, ਫਿਰ ਪਾਪਾ ਜੀ ਕਰਾਉਣਗੇ, ਫਿਰ ਆਪਣੀ ਵਾਰੀ। ਹਾਂਜੀ, ਬਹੁਤ ਬੁਰਾ ਹਾਲ ਹੈ ਜੀ ਪੈਰਾਂ ਦਾ। ਅੱਛਾ ਜੀ, ਹੁਣੇ ਇਲਾਜ ਚ ਪੁਰਜੇ ਠੀਕ ਕਰ ਰਹੇ ਨੇ। ਹਾਂਜੀ, ਹੋਰ ਇਲਾਜ ਚ ਤੇਰੀ ਲਾਜ ਚੱਲ ਰਹਾ ਹੈ ਜੀ ਬਸ। ਹੋਰ ਹਲਕਾ ਹੋ ਜਾਏਗਾ, ਮੈਨੂੰ ਖੱਲੀਆਂ ਪੈ ਜਾਂਦੀਆਂ ਨਾ ਪੈਰਾਂ ਦੇ ਵਿੱਚ। ਅੱਛਾ, ਬਹੁਤ ਜ਼ਿਆਦਾ ਪਈਆਂ ਹੋਈਆਂ ਨੇ, ਮਤਲਬ ਆਨੰਦ ਮੰਨ ਰਹੇ ਹੋ ਇਸ ਚੀਜ਼ ਦਾ? ਹਾਂਜੀ ਹਾਂਜੀ, ਪੂਰਾ ਆਨੰਦ ਆ ਰਿਹਾ ਜੀ। ਦੇਖੋ ਬਿਲਕੁਲ ਵੀ ਆਪਾਂ ਹੱਸਦੇ ਹੱਸਦੇ ਦਰਦ ਸਹਿ ਰਹੇ ਹਾਂ। ਠੀਕ ਹੈ ਜੀ, ਠੀਕ ਹੈ ਜੀ, ਚਲੋ ਜੀ, ਕਰਾਉਂਗੇ ਬਸ ਹੈ। ਹਾਂ, ਆ ਗਰਮ ਦੁੱਧ ਪੀਣ ਲੱਗਿਆਂ ਜੀ, ਨਾਲ ਗੁਲਾਬ ਜਾਮਣ ਲਾ ਕੇ, ਕੜਾਹੀ ਵਾਲਾ ਦੁੱਧ ਤਾਂ ਕਿ ਥਕਾਵਟ ਉਤਰ ਜੇ।
ठीक है जी, गुलाब जामुन वधिया सही मिलती है। आई होप तुहानू इत्थे तक दी वीडियो अच्छी लगी होएगी, और कुछ भी एक्साइटिंग होर इस ब्लॉग दे विच जे होएगा मैं विच पा दूंगा। बाकी तुसी जे इत्थे तक ब्लॉग वेख लिया तो अगे होर भी शेयर करो, और होर भी वीडियोज़ चैनल पर पोस्ट कीतियां हुई श्री हेमकुंड साहब यात्रा तो संबंधित, सो उन्होंने सारे वीडियोज़ देखो। अपना प्यार, वाहिगुरू जी का खालसा, वाहिगुरू जी की फतेह।